ਉਹ ਨਾ ਨਾ ਦੀਦੀ, ਮੈਂ ਤਾਂ ਜਾਣਾ ਹੀ ਆ, ਨਾਲੇ ਤੁਹਾਡਾ ਘਰ ਵਾਲਾ ਕਿਵੇਂ ਦਾ ਕਿਵੇਂ ਦਾ ਨਹੀਂ ਇਹ ਤੁਹਾਨੂੰ ਆ ਕੇ ਮੈਂ ਹੀ ਦੱਸਣਾ, ਮੰਮੀ ਨੇ ਥੋੜੀ। ਸਿਆਣਾ ਹੋ ਗਿਆ ਮੇਰਾ ਭਰਾ ਤੇ ਵੱਡਾ ਵੀ। ਫਿਲਹਾਲ ਦੀ ਘੜੀ ਤੂੰ ਰਿਸ਼ਤਾ ਹੋ ਲੈਣ ਦੇ, ਵਿਚੋਲਣ ਨਾ, ਮੈਂ ਆਪਣੇ ਆਪ ਗੱਲ ਕਰ ਲਾਂਗੀ। ਵੈਸੇ ਅੱਜੂ ਇਹਨਾਂ ਦੀ ਵੀ ਕੋਈ ਡਿਮਾਂਡ ਨਹੀਂ ਹੈਗੀ, ਪਰ ਰਿਸ਼ਤੇਦਾਰੀ 'ਚ ਜਾਂ ਆਂਢ ਗੁਆਂਢ 'ਚ ਕੁਛ ਤਾਂ ਦੱਸਣਾ ਹੀ ਪੈਂਦਾ ਵੀ ਸਾਡੀ ਨੂੰਹ ਆ ਲੈ ਕੇ ਆਈ ਆ। ਹੁਣ ਮੇਰੇ ਸਾਰੇ ਸੁਪਨੇ ਚੂਰ ਕੀਤੇ ਨੇ, ਤੇਰੀ ਸਜ਼ਾ ਇਹੀ ਹੈ ਕਿ ਤੈਨੂੰ ਪਵਨ ਮੂੰਹ ਨਹੀਂ ਲਾਊਗਾ, ਕਿਉਂਕਿ ਲਾਡਲਾ ਵੀ ਤਾਂ ਤੇਰਾ ਹੀ ਸੀ। ਦੇਖੋ ਆਂਟੀ ਜੀ, ਚਾਹੇ ਅੱਜੂ ਦਾ ਰਿਸ਼ਤਾ ਮੈਂ ਕਰਵਾਇਆ ਗਾ, ਪਰ ਹੁਣ ਇਹ ਚਾਰ ਬੰਦਿਆਂ 'ਚ ਬਹਿ ਕੇ ਇਨਕੁਆਇਰੀ ਦਾ ਕਹਿੰਦਾ ਪਿਆ, ਸੋਹਣਾ ਲੱਗਦਾ ਗਾ। ਇਹ ਗੱਲ ਤਾਂ ਮੈਨੂੰ ਵੀ ਬੁਰੀ ਲੱਗੀ, ਮਾਂ ਦੇ ਅੱਗੇ ਬੈਠ ਕੇ ਪੁੱਤ ਦੀ ਇਨਕੁਆਇਰੀ ਦੀ ਗੱਲ ਕਰਨਾ ਕੋਈ ਚੰਗੀ ਗੱਲ ਥੋੜਾ ਹੁੰਦੀ ਆ। ਆ ਦੇਖ ਲਓ ਆਂਟੀ ਜੀ, ਸਾਰਾ ਘਰ ਬਾਰ ਕਿੰਨਾ ਸੋਹਣਾ ਘਰ ਪਾਇਆ ਹੋਇਆ, ਜਦੋਂ ਤੁਸੀਂ ਮੇਰੇ ਨਾਲ ਚੱਲੋ ਚਾਹੇ ਦੀ ਉੱਪਰ ਤੇ ਸਾਰਾ ਘਰ ਬਾਰ ਤੁਹਾਨੂੰ ਦਿਖਾ ਕੇ ਲਿਆਉਣੀ ਹੈਗੀ, ਤੇ ਇਹੋ ਜਿਹਾ ਘਰ ਬਾਰ ਤੁਹਾਨੂੰ ਮਿਲਣਾ ਕਿਤੇ। ਮੈਂ ਬਾਹਰੋਂ ਵੀ ਦੇਖਿਆ ਘਰ ਬੜਾ ਸੋਹਣਾ, ਬਾਹਰੋਂ ਤਾਂ ਬਾਹਰੋਂ ਘਰ ਅੰਦਰੋਂ ਵੀ ਬੜਾ ਸੋਹਣਾ, ਤੇ ਬੰਦੇ ਤਾਂ ਉਸ ਤੋਂ ਵੀ ਜ਼ਿਆਦਾ ਮੈਨੂੰ ਵਧੀਆ ਲੱਗੇ। ਤੂੰ ਨਾ ਫਟਾਫਟ ਇਹਨਾਂ ਨਾਲ ਗੱਲ ਕਰ, ਆਪਾਂ ਪ੍ਰੀਤ ਦਾ ਰਿਸ਼ਤਾ ਇੱਥੇ ਹੀ ਪੱਕਾ ਕਰ ਦਿੰਦੇ ਹਾਂ। ਚਲੋ ਠੀਕ ਆਂਟੀ ਜੀ, ਚੱਲਦੇ ਹਾਂ ਆਪਾਂ ਅੰਦਰ ਫਿਰ, ਪਰ ਜੇ ਅੱਜੂ ਕੁਛ ਦੁਬਾਰਾ ਬੋਲਣ ਲੱਗਿਆ ਨਾ, ਤੁਸੀਂ ਇਸ਼ਾਰਿਆਂ ਨਾਲ ਉਹਨੂੰ ਆਪ ਹੀ ਚੁੱਪ ਕਰਾ ਦੇਣਾ। ਬਾਕੀ ਅੱਜੂ ਤੂੰ ਟੈਨਸ਼ਨ ਨਾ ਲੈ, ਜੇ ਆਪਾਂ ਸਾਡੂ ਸਾਡੂ ਬਣ ਗਏ ਤੈਨੂੰ ਮੋਬਾਈਲਾਂ ਦੀ ਦੁਕਾਨ ਮੈਂ ਖੋਲ ਲੂੰਗਾ, ਤੂੰ ਕੱਲ੍ਹ ਤੋਂ ਐਵੇਂ ਨੌਕਰੀਆਂ ਪਿੱਛੇ ਭੱਜਿਆ ਬੈਠਾ। ਲੈ ਬਈ ਗੀਤਾ, ਕਰਾ ਮੂੰਹ ਮਿੱਠਾ, ਮੁੰਡਾ ਇਹਨਾਂ ਨੂੰ ਪਸੰਦ ਆ। ਸੋਨੀਆ, ਮੈਨੂੰ ਤੇਰੇ ਤੇ ਵਿਸ਼ਵਾਸ ਸੀ ਕਿ ਤੂੰ ਹੀ ਮੇਰੇ ਭਰਾ ਦਾ ਰਿਸ਼ਤਾ ਕਰਾਏਂਗੀ। ਚੱਲ ਆਪਾਂ ਦੋਨੋਂ ਚਾਹ ਬਣਾਉਂਦੇ ਹਾਂ, ਨਾਲੇ ਮਿੱਠਾ ਲਿਆਉਂਦੇ ਹਾਂ। ਉਹਨੇ ਗਲੀ ਦੇ ਨਾਲ ਕਿਹਾ ਸੀਗਾ, ਹੁਣ ਪਤਾ ਨਹੀਂ ਉਹ ਘਰ ਆ ਜਾਂ ਇਹ ਘਰ। ਤਾਂ ਆਹ ਮੁੰਡੇ ਨੂੰ ਪੁੱਛਦਾ, ਛੋਟੇ ਵੀਰ ਕੱਲ੍ਹ ਸੁਣੀ। ਹਾਂਜੀ ਭਾਅ ਜੀ। ਇੱਥੇ ਮੁੰਡਾ ਇੱਕ ਅੱਜੂ, ਉਹਦੇ ਸਹੁਰੇ ਕਿਹੜੇ ਨੇ? ਅੱਜੂ ਅੱਜੂ ਤਾਂ ਮੇਰਾ ਜੀਜਾ ਜੀ, ਆਹ ਘਰ ਆ ਸਾਡਾ, ਕੀ ਹੋ ਗਿਆ? ਆ ਜਾ ਫਿਰ ਉੱਥੇ ਖੜ ਕੇ ਗੱਲ ਕਰਦੇ ਹਾਂ। ਹਾਂਜੀ ਭਾਅ ਜੀ ਦੱਸੋ। ਅੱਜੂ ਨੂੰ ਬੁਲਾ, ਫਿਰ ਗੱਲ ਦੱਸੂਗਾ। ਵੀਰੇ ਮੇਰਾ ਅੱਜੂ ਜੀਜਾ ਅਤੇ ਮੇਰੀ ਮੰਮੀ ਉਹ ਮਾੜਾ ਇੱਧਰ ਕੰਮ ਗਏ ਨੇ, ਅਤੇ ਵੱਡੀ ਭੈਣ ਬਾਜ਼ਾਰ ਗਈ ਹੈ, ਤਾਂ ਘਰ ਛੋਟੀ ਭੈਣ ਹੀ ਹੈ ਬਸ। ਕੀ ਗੱਲ ਹੋ ਗਈ ਤੁਸੀਂ ਮੈਨੂੰ ਦੱਸ ਦਿਓ। ਛੋਟੇ ਵੀਰ ਉੱਤੋਂ ਮੈਂ 2 ਲੱਖ ਰੁਪਇਆ ਲੈਣਾ, ਰੋਜ਼ ਲਾਰੇ ਅਤੇ ਲਾਰੇ ਲਾ ਰਿਹਾ, ਉਹਨੂੰ ਪੁੱਛ ਕਦੋਂ ਦੇਣੇ ਪੈਸੇ? ਭਾਅ ਜੀ ਇਹਨਾਂ ਚੀਜ਼ਾਂ ਦਾ ਤਾਂ ਸਾਨੂੰ ਕੁਛ ਪਤਾ ਹੀ ਨਹੀਂ ਹੈਗਾ, ਬਾਕੀ ਜੀਜਾ ਜੀ ਆਉਣ ਵਾਲੇ ਹੀ ਨੇ, ਤੁਸੀਂ ਆ ਜਾਓ ਅੰਦਰ ਬਹਿ ਜਾਓ, ਉਹ ਆਉਂਦੇ ਨੇ ਅਤੇ ਆਪੇ ਗੱਲ ਕਰ ਲਿਓ। ਚੱਲ ਕੋਈ ਨਹੀਂ, ਮੈਂ ਇੱਥੇ ਖੜ ਕੇ ਵੇਟ ਕਰ ਲੈਣਾ ਉਹਨੂੰ, ਭਰਾਵਾ ਦੁਹਾੜੀ ਦੇ 10-10 ਫੋਨ ਕਰਦੇ ਹਾਂ, ਅਗਲਾ ਫੋਨ ਨਹੀਂ ਚੱਕਦਾ। ਇਹਨਾਂ ਚੀਜ਼ਾਂ ਦਾ ਤਾਂ ਮੈਂ ਤੁਹਾਨੂੰ ਕਹਿ ਹੀ ਰਿਹਾ ਸਾਨੂੰ ਕੁਛ ਪਤਾ ਹੀ ਨਹੀਂ ਹੈਗਾ, ਬਾਕੀ ਆਉਂਦੇ ਨੇ ਤੁਸੀਂ ਗੱਲ ਕਰ ਲਿਓ, ਜੇ ਚਾਹ ਪਾਣੀ ਪੀਣਾ ਤਾਂ ਮੈਂ ਲੈ ਆਉਣਾ ਜਾਂ ਅੰਦਰ ਆ ਜਾਓ। ਨਾ ਨਾ ਭਰਾਵਾ, ਚਾਹ ਪਾਣੀ ਨਹੀਂ ਅਸੀਂ ਕੁਛ ਪੀਣਾ, ਬਸ ਉਹ ਸਾਡੇ ਪੈਸੇ ਦੇ ਦੇਵੇ, ਇੰਨੇ ਹੀ ਬਹੁਤ ਆ। ਪਰ ਤੁਹਾਨੂੰ ਸਾਡੇ ਘਰ ਦਾ ਐਡਰੈਸ ਕਿੱਦਾਂ ਮਿਲਿਆ? ਭਰਾ ਗਿਆ ਤਾਂ ਮੈਂ ਅੱਜ ਉਹਦੇ ਘਰੇ ਸੀਗਾ, ਪਰ ਉਹਦੀ ਮੰਮੀ ਨੇ ਕਿਹਾ ਵੀ ਉਹ ਸਹੁਰਾ ਦੇ ਘਰੇ ਬੜਿਆ ਰਹਿੰਦਾ, ਹੁਣ ਆਪਾਂ ਐਡਰੈਸ ਲੈ ਕੇ ਉਹਨਾਂ ਕੋਲ ਇੱਧਰ ਆ ਗਏ, ਪੈਸੇ ਤਾਂ ਆਪਾਂ ਕਢਾਉਣੇ ਹੀ ਆ। ਭਾਅ ਜੀ ਪਰ ਇਹ ਪੈਸੇ ਕਿਹੜੇ ਨੇ, ਕਦੋਂ ਲਏ ਨੇ, ਕਾਹਦੇ ਵਾਸਤੇ ਲਏ ਸੀਗੇ? ਭਰਾਵਾ ਤੂੰ ਹਜੇ ਬੱਚਾ ਆ, ਕਿਸੇ ਬੜੇ ਨੂੰ ਬੁਲਾ, ਅਸੀਂ ਉਹਨਾਂ ਨੂੰ ਦੱਸਾਂਗੇ। ਉਹ ਆ ਗਏ ਜੀਜਾ ਜੀ।
ਮਰ ਜਾਣਾ ਬੱਸ ਵਾਲਾ ਵੀ ਨਾ ਐਡੀ ਪਰੇ ਤਾਰ ਗਿਆ, ਜੇ ਇੱਥੇ ਤਾਰ ਜਾਂਦਾ ਉਹਨੂੰ ਕੀ ਫਰਕ ਪੈਂਦਾ ਸੀਗਾ, ਆਪਣੀ ਤਾਂ ਨਾ ਤੁਰ ਤੁਰ ਕੇ ਪੁੱਤਰ ਬੱਸ ਹੋ ਗਈ। ਚਲੋ ਕੋਈ ਗੱਲ ਨਹੀਂ ਮੰਮੀ, ਆ ਹੀ ਗਿਆ ਘਰ। ਉਹ ਤਾਂ ਗੱਲ ਹੈਗੀ ਆ ਪੁੱਤ, ਹੁਣ ਤਾਂ ਪੁੱਤ ਜੇ ਤੇਰਾ ਯਾਰ ਦੋਸਤ ਹੈ ਤਾਂ ਇਹਨਾਂ ਨੂੰ ਅੰਦਰ ਬਿਠਾਇਆ ਕਰ, ਬਾਹਰ ਥੋੜਾ ਲੈ ਕੇ ਖੜਦੇ ਆਉਂਦੇ ਆ, ਚੱਲ ਅੰਦਰ ਬਿਠਾ। ਭਾਈ ਤੁਸੀਂ ਨਾਲੇ ਤੁਸੀਂ ਇੱਧਰ। ਜੀਜਾ ਜੀ ਇਹਨਾਂ ਨੂੰ ਤਾਂ 10 ਮਿੰਟ ਹੋ ਗਏ ਖੜਿਆਂ ਨੂੰ, ਇਹ ਕਹਿੰਦੇ ਤੁਹਾਡੇ ਉਹ ਵਾਲੇ ਘਰ ਗਏ ਸੀ ਪੈਸੇ ਮੰਗਣ, ਉਹਨਾਂ ਨੇ ਇੱਧਰਲਾ ਐਡਰੈਸ ਦੇਤਾ। ਪਵਨ ਤੂੰ ਨਾ ਅੰਦਰ ਜਾ, ਮੈਂ ਗੱਲ ਕਰਕੇ ਆਉਂਦਾ ਭਾਜੀ ਨਾਲ। ਠੀਕ ਆ। ਭਾਜੀ ਯਾਰ ਤੁਸੀਂ ਇੱਧਰ ਕਿਉਂ ਆ ਗਏ? ਭਰਾਵਾ ਸਾਲ ਹੋ ਗਿਆ ਤੇਰੇ ਘਰੇ ਗੇੜੇ ਮਾਰਦੇ ਨੂੰ, ਰੋਜ਼ ਲਾਰੇ ਤੇ ਲਾਰਾ, ਤੈਨੂੰ ਕੋਈ ਸ਼ਰਮ ਹੈਗੀ ਕਿ ਨਹੀਂ? ਵੀਰੇ ਯਾਰ ਮੇਰੀ ਮੰਮੀ ਨੇ ਤਾਂ ਕਿਹਾ ਸੀ ਕਿ ਤੂੰ ਕਰਜ਼ਾ ਚੱਕ ਕੇ ਨਾ ਘਰ ਬਣਾ ਲਾ, ਡੈਡੀ ਦੀ ਪੈਨਸ਼ਨ ਆਉਂਦੀ ਆ, ਆਪਾਂ ਥੋੜ੍ਹੇ ਥੋੜ੍ਹੇ ਕਰਕੇ ਪੈਸੇ ਦੇ ਦਾਂਗੇ, ਹੁਣ ਉਹਨਾਂ ਨੇ ਹੱਥ ਹੀ ਚੱਕ ਲਿਆ ਤੇ ਮੈਂ ਕੀ ਕਰਾਂ? ਕਿਉਂ, ਹਫ਼ਤਾ ਪਹਿਲਾਂ ਤੇਰੇ ਘਰੇ ਜਿਹੜੇ ਮੁੰਡੇ ਗਏ ਸੀਗੇ ਉਹਨਾਂ ਦਾ ਤੂੰ 50,000 ਦੇਤਾ ਤੇ ਮੇਰਾ ਤੂੰ 5,000 ਨਹੀਂ ਮੋੜਿਆ। ਭਾਜੀ ਯਾਰ ਮੈਂ ਮੰਦਾ, ਉਹਨਾਂ ਦੇ ਵੀ ਪੈਸੇ ਦੇਣੇ ਆ, ਤੁਹਾਡੇ ਵੀ ਪੈਸੇ ਦੇਣੇ ਆ, ਥੋੜ੍ਹੇ ਥੋੜ੍ਹੇ ਕਰਕੇ ਦੇ ਦਾਂਗਾ ਨਾ, ਮੇਰਾ ਤਾਂ ਹਲੇ ਕੰਮ ਵੀ ਬਹੁਤ ਡਾਊਨ ਚੱਲਦਾ ਪਿਆ। ਨਾ ਨਾ ਭਰਾ, 2,00,000 ਰੁਪਇਆ ਲੈਣਾ ਅੱਜ, ਨਾ ਨਾ ਕਰਦੇ ਹੋਏ ਵੀ 10-15,000 ਰੁਪਇਆ ਲੈ ਕੇ ਜਾਣਾ ਮੈਂ। ਗੇੜੇ ਮਾਰਦੇ ਮਾਰਦੇ ਤੇਲ ਅਲੱਗ ਫੂਕਿਆ ਤੇ ਖੂਨ ਅਲੱਗ ਸਾੜਿਆ ਤੈਨੂੰ ਲੱਭਦੇ ਲੱਭਦੇ। ਮੈਨੂੰ ਵੀ ਪਤਾ ਇਹ ਤੇਰੇ ਸਹੁਰਿਆਂ ਦਾ ਘਰ ਆ, ਤੇਰੀ ਇੱਥੇ ਇੱਜ਼ਤ ਬਣੀ ਰਹਿਣੀ ਚਾਹੀਦੀ ਆ, ਪਰ ਤੂੰ ਸਾਡੇ ਪੈਸਿਆਂ ਦਾ ਵੀ ਹੱਲ ਕਰ। ਭਾਜੀ ਕਰੀ ਤਾਂ ਜਾਂਦਾ ਯਾਰ ਹੱਲ, ਤੁਸੀਂ ਟੈਨਸ਼ਨ ਨਾ ਲਵੋ, 1-2 ਦਿਨ ਦਵੋ ਮੈਨੂੰ, ਮੈਂ ਆਪਣਾ ਮੋਟਰਸਾਈਕਲ ਵੇਚ ਕੇ ਤੁਹਾਨੂੰ ਪੈਸੇ ਦੇ ਦਾਂਗਾ। ਦੇਖ ਭਰਾ, ਅੱਜ ਤੂੰ ਚਾਹੇ ਮੋਟਰਸਾਈਕਲ ਵੇਚ ਚਾਹੇ ਆਪਣਾ ਘਰ ਵੇਚ, ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ, ਮੈਨੂੰ ਮੇਰਾ 2,00,000 ਰੁਪਇਆ ਹਫ਼ਤੇ ਤੱਕ ਚਾਹੀਦਾ ਆ। ਕਿਤੇ ਇਹ ਨਾ ਹੋਵੇ ਅੱਜ ਮੈਂ ਗਲੀ 'ਚ ਗੱਲ ਕੀਤੀ ਔਰ ਕੱਲ੍ਹ ਨੂੰ ਤੇਰੇ ਸਹੁਰਿਆਂ ਦੇ ਘਰ ਦੇ ਵਿੱਚ ਬੈਠ ਕੇ ਗੱਲ ਕਰਾਂ। ਬਸ ਕਰ ਭਰਾਵਾ, ਤੂੰ ਤਾਂ ਸਿਰੇ ਹੀ ਚੜ੍ਹੀ ਜਾਂਦਾ ਪਿਆ, ਮੈਂ ਤੈਨੂੰ ਭਾਜੀ ਭਾਜੀ ਕਹਿੰਦਾ ਪਿਆ ਵਾਂ, ਜੇ ਤੂੰ ਅੰਦਰ ਵੜ ਕੇ ਪੈਸੇ ਲੈਣੇ ਨਾ ਲੈ ਲਾ, ਫਿਰ ਕੌਣ ਦਿੰਦਾ ਤੈਨੂੰ ਪੈਸੇ? ਜੇ ਹੱਥ ਜੋੜ ਕੇ ਪੈਸੇ ਲਏ ਸੀ ਨਾ, ਹੱਥ ਜੋੜ ਕੇ ਹੀ ਦੇਵਾਂਗਾ। ਮੈਨੂੰ ਕਿਹੜਾ ਕਿਸੇ ਦੇ ਪੈਸੇ ਰੋਕਣ ਦਾ ਸ਼ੌਂਕ ਆ, ਕਿਸੇ ਬੰਦੇ ਦੀ ਮਜਬੂਰੀ ਵੀ ਸਮਝਿਆ ਕਰੋ, ਪੈਸੇ 1 ਬੰਦੇ ਕੋਲ ਲਏ ਸੀ, ਆਨੇ ਤੁਸੀਂ 10-10 ਜਾਣੇ ਪਏ ਹੋ, ਕਦੇ ਉਹ ਆ ਗਿਆ ਕਦੇ ਕੋਈ ਆ ਗਿਆ। ਜਿੰਨਾ ਔਖਾ ਤੂੰ ਮੇਰੇ ਨਾਲ ਹੁੰਦਾ ਨਾ, ਇੰਨੀ ਅੜਖ ਨਾਲ ਜੇ ਤੂੰ ਪੈਸੇ ਦੇ ਦੇਵੇ ਕੌਣ ਆਵੇ ਤੇਰੇ ਘਰੇ? ਉਹ ਇੱਥੋਂ ਭਰਾਵਾ ਚੱਲਦਾ ਬਣ, ਤੈਨੂੰ ਕਿਹਾ ਤਾਂ ਨਾ ਹਫ਼ਤੇ ਤੱਕ ਤੇਰੇ ਪੈਸੇ ਤੈਨੂੰ ਮਿਲ ਜਾਣਗੇ, ਐਵੇਂ ਇੱਧਰੋਂ ਕੋਈ ਆ ਗਿਆ ਮੇਰੀ ਬੇਇੱਜ਼ਤੀ ਕਰਾਏਗਾ। ਠੀਕ ਆ ਭਰਾ ਚੱਲਦਾ ਮੈਂ, ਪਰ ਯਾਦ ਰੱਖੀ 1 ਹਫ਼ਤਾ ਮਤਲਬ 1 ਹਫ਼ਤਾ। ਮੰਮੀ ਆ ਕੀ ਆ, ਆ 2 ਗੇਮਾਂ ਡਾਊਨਲੋਡ ਕੀਤੀਆਂ ਸੀ, ਡਿਲੀਟ ਕਿਉਂ ਕੀਤੀਆਂ? ਤੇਰੀਆਂ ਨਾ ਗੇਮਾਂ ਦਾ ਹੀ ਸੇ ਆਪਾ ਹੈ, ਜਦੋਂ ਦੇਖੋ ਗੇਮਾਂ ਡਾਊਨਲੋਡ ਕਰਦਾ ਰਹਿੰਦਾ, ਸਾਰੀ ਬੈਟਰੀ ਡਾਊਨ ਹੋ ਜਾਂਦੀ ਹੈ। ਪ੍ਰਿਆ ਪੁੱਤ ਪਾਣੀ ਲੈ ਕੇ ਆ, ਬਹੁਤ ਪਿਆਸ ਲੱਗੀ ਆ। ਮੈਂ ਨਹੀਂ ਪੀਣਾ। ਪ੍ਰਿਆ ਪ੍ਰੀਤ ਕਿੱਥੇ ਆ ਬੇਟੇ? ਮੰਮੀ ਉਹਨਾਂ ਨੂੰ ਨਾ ਜਰਾ ਕੰਮ ਸੀਗਾ ਤੇ ਦੀਦੀ ਬਾਜ਼ਾਰ ਗਏ ਨੇ, ਕਹਿੰਦੇ ਥੋੜੀ ਕੁ ਦੇਰ ਤੱਕ ਆ ਜਾਊਂਗੀ। ਅੱਛਾ ਚੱਲ ਆਉਂਦੀ ਹੈ ਫਿਰ, ਮੈਂ ਪ੍ਰੀਤ ਨਾਲ ਗੱਲ ਕਰਦੀ ਹਾਂ ਬੇਟਾ। ਮੰਮੀ ਇਹ ਕਿੱਥੇ ਨੇ, ਤੁਹਾਡੇ ਨਾਲ ਹੀ ਤਾਂ ਸੀਗੇ ਤੇ ਹਜੇ ਤੱਕ ਆਏ ਹੀ ਨਹੀਂ। ਪਵਨ ਅੱਜੂ ਤੇਰੇ ਕੋਲ ਬਾਹਰ ਰੁਕ ਗਿਆ ਸੀ, ਕਿੱਥੇ ਬੱਚੇ? ਜੀਜਾ ਜੀ ਨਾ ਬਾਹਰ ਮੁੰਡੇ ਨਾਲ ਖੜੇ ਨੇ, ਉਹ ਜਿਹੜਾ ਮੁੰਡਾ ਤੁਸੀਂ ਨਹੀਂ ਕਹਿੰਦੇ ਸੀ ਮੇਰਾ ਦੋਸਤ ਆ, ਉਹ ਮੇਰਾ ਦੋਸਤ ਨਹੀਂ ਹੈਗਾ, ਉਹ ਜੀਜਾ ਜੀ ਕੋਲ ਕੋਈ ਬੰਦਾ ਆਇਆ ਸੀਗਾ ਪੈਸੇ ਮੰਗਣ, ਜੀਜਾ ਜੀ ਉਹਦੇ ਨਾਲ ਖੜੇ ਹੋਏ ਨੇ। ਪ੍ਰਿਆ ਉਹ ਮੁੰਡਾ ਤਾਂ ਕਹਿੰਦਾ ਸੀਗਾ ਕਿ ਅਸੀਂ ਉੱਧਰ ਗਏ ਸੀਗੇ ਪੈਸੇ ਮੰਗਣ, ਤੇ ਮੰਮੀ ਉਹਨੇ ਇਹ ਵੀ ਕਿਹਾ, ਕਹਿੰਦਾ ਵੀ ਉਧਰੋਂ ਮਾਸੀ ਜੀ ਨੇ ਐਡਰੈਸ ਭੇਜਿਆ ਕਿ ਇੱਧਰ ਹੀ ਰਹਿੰਦਾ ਅੱਜੂ। ਤੂੰ ਨਾ ਇਹਨਾਂ ਗੱਲਾਂ 'ਚ ਧਿਆਨ ਦਿਆ ਕਰ, ਆਪਣਾ ਅੰਦਰ ਜਾ ਕੇ ਜਿਹੜੀ ਫੋਨ 'ਚ ਗੇਮ ਖੇਲਣੀ ਹੈ ਡਾਊਨਲੋਡ ਕਰਕੇ ਖੇਲ ਲੈ।
ਵੈਸੇ ਰੀਆ ਤੈਨੂੰ ਮੈਂ ਇੱਕ ਸਹੀ ਗੱਲ ਦੱਸਾਂ, ਮੈਂ ਨਾ ਅੱਜੂ ਨੂੰ ਆਪਣੇ ਨਾਲ ਲਿਜਾ ਕੇ ਬਹੁਤ ਵੱਡੀ ਗਲਤੀ ਕਰ ਲਈ। ਕਿਉਂ ਮੰਮੀ, ਕੀ ਹੋ ਗਿਆ, ਇਹਨਾਂ ਨੇ ਹੁਣ ਕੀ ਕਰਤਾ? ਅੱਜੂ ਨੂੰ ਨਾ ਮੈਂ ਪੁੱਤ ਤਾਂ ਲੈ ਕੇ ਗਈ ਸੀ ਵੀ ਅਗਲਾ ਵੀ ਇਹ ਸੋਚੇ ਵੀ ਹਾਂ ਜਵਾਈ ਭਾਈ ਦੀ ਬਹੁਤ ਇੱਜ਼ਤ ਕਰਦੇ ਆ, ਪਰ ਇਹ ਤਾਂ ਵਿੱਚ ਉੱਥੇ ਜਾ ਕੇ ਠੂੰਗੇ ਹੀ ਮਾਰਨ ਲੱਗ ਗਿਆ। ਮੰਮੀ, ਵੈਸੇ ਤਾਂ ਮੈਂ ਇਹਨਾਂ ਨੂੰ ਸਮਝਾ ਕੇ ਭੇਜਿਆ ਸੀ ਕਿ ਤੁਸੀਂ ਵਿੱਚ ਨਾ ਬੋਲਿਓ, ਪਰ ਜੇ ਤੁਸੀਂ ਮਾਣ ਨਾਲ ਲੈ ਕੇ ਗਏ ਹੋ ਫਿਰ ਤਾਂ ਅਗਲੇ ਦਾ ਵਿੱਚ ਬੋਲਣਾ ਬਣਦਾ ਹੀ ਸੀ ਨਾ। ਉਹ ਤਾਂ ਨਾ ਵਿਚੋਲਣ ਨਾਲ ਸੀਗੀ ਤਾਂ ਕਰਕੇ ਰਿਸ਼ਤਾ ਪੱਕਾ ਹੋ ਗਿਆ। ਹੁਣ ਨਾ ਅਗਲੇ ਕੱਲ ਜਾਂ ਪਰਸੋਂ ਆਪਣੀ ਪ੍ਰੀਤ ਨੂੰ ਵੀ ਦੇਖਣ ਆ ਰਹੇ ਆ। ਚਲੋ ਫਿਰ ਤਾਂ ਵਧੀਆ ਮੰਮੀ, ਵਧਾਈਆਂ ਹੋਣ ਤੁਹਾਨੂੰ ਵੀ, ਤੁਹਾਡੀ ਕੁੜੀ ਦਾ ਵਿਆਹ ਵਧੀਆ ਘਰ ਹੀ ਹੋਣ ਲੱਗਾ। ਮੈਂ ਆਈ ਜਰਾ ਇਹਨਾਂ ਨੂੰ ਦੇਖ ਆਵਾਂ। ਸ਼ੁਕਰ ਆ ਭਰਾਵਾ, ਟਾਈਮ ਨਾਲ ਹੀ ਚਲਾ ਗਿਆ, ਜੇ ਕੋਈ ਅੰਦਰੋਂ ਆ ਜਾਂਦਾ ਮੇਰੀ ਤਾਂ ਬੇਇੱਜ਼ਤੀ ਬਹੁਤ ਹੋਣੀ ਸੀ। ਕੀ ਹੋਇਆ, ਮੂੰਹ ਇੰਨਾ ਮੁਰਝਾਇਆ ਪਿਆ? ਰੀਆ, ਮੇਰੀ ਮੰਮੀ ਨੇ ਨਾ ਸਾਰੀਆਂ ਹੱਦਾਂ ਪਾਰ ਕਰਤੀਆਂ, ਕਰਜ਼ੇ ਲੈਣ ਵਾਲਿਆਂ ਨੂੰ ਮੇਰੇ ਸਹੁਰੇ ਘਰ ਭੇਜੀ ਜਾਂਦੇ ਨੇ, ਚੰਗੀਆਂ ਗੱਲਾਂ ਯਾਰੇ। ਪਵਨ ਨੇ ਤਾਂ ਅੰਦਰ ਜਾ ਕੇ ਮੰਮੀ ਨੂੰ ਵੀ ਦੱਸਤਾ ਵੀ ਬਾਹਰ ਕੋਈ ਆਇਆ ਸੀ ਜੀਜਾ ਜੀ ਤੋਂ ਪੈਸੇ ਲੈਣ, ਹੁਣ ਅੰਦਰ ਜਾ ਕੇ ਗੱਲ ਨੂੰ ਤੁਸੀਂ ਸਾਂਭ ਲਿਓ। ਸਾਂਭਣਾ ਸੁੰਭਣਾ ਕੁਛ ਨਹੀਂ, ਚੁੱਪ ਕਰਕੇ ਬੈਗ ਪੈਕ ਕਰ, ਆਪਾਂ ਨਿਕਲੀਏ ਘਰ ਨੂੰ, ਹੁਣ ਮੇਰੇ ਕੋਲ ਨਹੀਂ ਅੱਖਾਂ ਮਲਾਈ ਜਾਣੀਆਂ ਤੇਰੀ ਮੰਮੀ ਨਾਲ। ਮੰਮੀ ਕਹਿ ਰਹੇ ਨੇ ਨਾ ਕਿ ਕੱਲ੍ਹ ਪਰਸੋਂ ਪ੍ਰੀਤ ਦੀ ਨੂੰ ਮੁੰਡੇ ਵਾਲਿਆਂ ਨੇ ਦੇਖਣ ਆਉਣਾ, ਫਿਰ ਆਪਾਂ ਨੂੰ ਆਉਣਾ ਪਊਗਾ, ਕਿਵੇਂ ਕਰੀਏ? ਤੂੰ ਦੇਖ ਲੈ ਰਹੀ ਆ, ਜੇ ਸਲਾਹ ਹੈਗੀ ਆ ਤੇਰੀ ਰਹਿਣ ਦੀ ਫਿਰ ਰਹਿ ਲੈਂਦੇ ਹਾਂ। ਮੇਰੀ ਤਾਂ ਇਹ ਸਲਾਹ ਹੈ ਕਿ ਆਪਾਂ ਘਰੇ ਹੀ ਚੱਲਦੇ ਹਾਂ, ਆਪਾਂ ਨੂੰ ਕਿਹੜਾ ਇੱਥੇ ਕਿਸੇ ਨੇ ਚੱਜ ਨਾ ਬੁਲਾਉਣਾ ਅਤੇ ਨਾ ਉੱਥੇ ਕੋਈ ਬੁਲਾਉਂਦਾ, ਹੈਗੇ ਤਾਂ ਆਪਾਂ ਇਕੱਲੇ ਹੀ ਹਾਂ। ਜੇ ਤਾਂ ਕੱਪੜੇ ਚੇਂਜ ਕਰਨੇ ਆ ਫਿਰ ਤਾਂ ਠੀਕ ਹੈ, ਨਹੀਂ ਤਾਂ ਇੱਦਾਂ ਹੀ ਚੱਲੋ, ਮੈਨੂੰ ਤਾਂ ਹਜੇ ਉੱਧਰ ਦੀ ਵੀ ਟੈਨਸ਼ਨ ਪਈ ਹੋਈ ਹੈ ਕਿ ਕੀ ਬਣੂਗਾ। ਟੈਨਸ਼ਨਾਂ ਤਾਂ ਆਪਾਂ ਦੋਵਾਂ ਨੇ ਬਹੁਤ ਆ, ਮੈਨੂੰ ਕਰਜ਼ੇ ਵਾਲੇ ਦੀਆਂ ਅਤੇ ਤੈਨੂੰ ਪੇਕੇ ਵਾਲੇ ਦੀਆਂ, ਪਤਾ ਨਹੀਂ ਆਪਣਾ ਕੀ ਬਣੂਗਾ ਰੀਆ ਦੋਵਾਂ ਦਾ। ਜੇ ਹੁਣ ਮੰਮੀ ਤੁਹਾਨੂੰ ਕਹਿਣਗੇ ਨਾ ਕਿ ਅੱਜੂ ਰੁੱਕ ਜਾ, ਸਲਾਹ ਮਸ਼ਵਰਾ ਕਰਨਾ ਹੁੰਦਾ, ਤਾਂ ਤੁਸੀਂ ਇਹੀ ਕਹੀਓ ਕਿ ਮੰਮੀ ਮੇਰੀ ਜੋਬ ਦਾ ਅੱਖਾਂ ਹੁੰਦਾ, ਮੈਂ ਜ਼ਿਆਦਾ ਦੇਰ ਛੁੱਟੀਆਂ ਨਹੀਂ ਲੈ ਸਕਦਾ। ਹੁਣ ਵੀ ਮੈਨੂੰ ਇਹੀ ਸੁਣਨ ਨੂੰ ਮਿਲਿਆ ਕਿ ਅੱਜੂ ਉੱਥੇ ਜਾ ਕੇ ਵੀ ਰਿਸ਼ਤੇ 'ਚ ਛਿੰਝਾਂ ਮਾਰਨੋਂ ਨਹੀਂ ਸੀ ਹਟਦਾ ਪਿਆ। ਜੇ ਮੈਨੂੰ ਆਹੀ ਗੱਲ ਸੁਣਨ ਨੂੰ ਮਿਲਣੀ ਸੀ ਫਿਰ ਇਹਨਾਂ ਨੇ ਮੈਨੂੰ ਬੁਲਾਇਆ ਹੀ ਕਿਉਂ? ਪਤਾ ਨਹੀਂ ਕਿਉਂ, ਮੇਰਾ ਤਾਂ ਨਾ ਹੁਣ ਇੱਥੇ ਆਉਣ ਨੂੰ ਜੀ ਹੀ ਨਹੀਂ ਕਰਦਾ, ਅਤੇ ਨਾ ਹੀ ਇੱਥੇ ਆ ਕੇ ਮੇਰਾ ਮਨ ਲੱਗਦਾ। ਇੱਦਾਂ ਦੇ ਰਿਸ਼ਤੇ ਵੀ ਹੁੰਦੇ ਨੇ ਜਿੱਥੇ ਇੱਕ ਭੈਣ ਦੂਜੀ ਭੈਣ ਤੋਂ ਹੀ ਸੜੀ ਜਾਂਦੀ ਹੈ। ਮੈਂ ਤੈਨੂੰ ਕਿੰਨੀ ਵਾਰੀ ਕਿਹਾ ਆਪਣੀ ਕੰਡੀਸ਼ਨ ਦੇਖ ਲਾ, ਔਖੇ ਸੌਖੇ 3 ਮਹੀਨੇ ਵੀ ਨਿਕਲ ਗਏ ਨਾ, ਬਾਕੀ ਵੀ ਨਿਕਲ ਜਾਊਗੇ। ਇਸ ਟਾਈਮ ਤਾਂ ਨਾ ਮੈਂ ਸਿਰਫ 3 ਜਣਿਆਂ ਦੇ ਸਾਰੇ ਜੀ ਰਹੀ ਹਾਂ, ਤੁਸੀਂ, ਪਵਨ ਅਤੇ ਮੇਰਾ ਬੱਚਾ। ਮੇਰਾ ਤਾਂ ਹੁਣ ਕਿਸੇ ਨੂੰ ਬੁਲਾਉਣ 'ਤੇ ਵੀ ਜੀ ਨਹੀਂ ਕਰਦਾ, ਉੱਧਰ ਮੰਮੀ ਅਤੇ ਦੀਦੀ ਨੇ ਜੀਣਾ ਦੁੱਬਰ ਕੀਤਾ ਹੋਇਆ, ਇੱਧਰ ਮੇਰੀ ਮਾਂ ਅਤੇ ਮੇਰੀ ਭੈਣ ਨੇ ਮੇਰੇ ਨਾਲ ਫਰਕ ਹੀ ਕਰਨਾ ਸ਼ੁਰੂ ਕਰ ਦਿੱਤਾ। ਰੀਆ, ਐਂ ਦੁਖੀ ਨਾ ਹੋਇਆ ਕਰ, ਤੈਨੂੰ ਦੁਖੀ ਦੇਖ ਕੇ ਨਾ ਮੇਰਾ ਵੀ ਕਿਤੇ ਮਨ ਨਹੀਂ ਲੱਗਦਾ। ਜੀ ਜਿਹੜੇ ਜੈਂਟਸ ਹੁੰਦੇ ਨੇ ਨਾ ਉਹਨਾਂ ਲਈ ਸੌਖਾ ਹੁੰਦਾ, 100 ਵਾਰ ਅੰਦਰ ਬਾਹਰ ਜਾਣਾ ਆਪਣਾ ਮਨ ਕਿਸੇ ਨਾ ਕਿਸੇ ਤਰੀਕੇ ਹਲਕਾ ਕਰ ਲੈਂਦੇ ਨੇ, ਪਰ ਔਖਾ ਤਾਂ ਲੇਡੀਜ਼ ਲਈ ਹੈ ਜਿਨ੍ਹਾਂ ਨੇ ਸਾਰਾ ਦਿਨ ਘਰ ਰਹਿਣਾ ਅਤੇ ਬਾਰ ਬਾਰ ਉਹਨਾਂ ਪ੍ਰੋਬਲਮਸ ਨੂੰ ਹੀ ਫੇਸ ਕਰਨਾ ਪੈਂਦਾ। ਯਾਰ ਰੀਆ, ਐਵੇਂ ਨਾ ਹਰ ਗੱਲ ਦਿਲ 'ਤੇ ਲਾਇਆ ਕਰ, ਤੂੰ ਛੱਡ, ਆਪਾਂ ਘਰੇ ਚੱਲਦੇ ਹਾਂ। ਤੁਸੀਂ ਨਾ ਸਮਝਦੇ ਨਹੀਂ ਪਏ, ਮੈਂ ਨਾ ਕੱਲ੍ਹ ਦੀ ਨੋਟਿਸ ਕਰ ਰਹੀ ਹਾਂ ਇਹ ਸਾਰੇ ਜਣੇ ਮੈਨੂੰ ਕਿੱਦਾਂ ਕੌੜਾ ਕੌੜਾ ਦੇਖਦੇ ਪਏ ਨੇ, ਅਤੇ ਮੈਂ ਤਾਂ ਕਹਿੰਦੀ ਹਾਂ ਕਿਸੇ ਨਾ ਕਿਸੇ ਤਰੀਕੇ ਜਲਦੀ ਆਪਾਂ ਇੱਥੋਂ ਬਸ ਨਿਕਲੀਏ। ਚੱਲ ਠੀਕ ਆ, ਨਾਲੇ ਪਵਨ ਕਿੱਦਾਂ, ਮੈਨੂੰ ਤਾਂ ਬੁਲਾਇਆ ਨਹੀਂ ਉਹਨੇ ਰਾਤ ਦਾ, ਤੈਨੂੰ ਬੁਲਾਇਆ ਸੀ? ਹਾਂਜੀ, ਮੇਰੀ ਹੋ ਗਈ ਸੀ ਉਹਦੇ ਨਾਲ ਗੱਲ, ਆ ਕੇ ਮੇਰੇ ਤੋਂ ਮਾਫ਼ੀ ਵੀ ਮੰਗ ਲਈ ਸੀ, ਕਹਿੰਦਾ ਪ੍ਰੀਤ ਦੀਦੀ ਨੇ ਕਿਹਾ ਸੀ ਮੈਨੂੰ ਵੀ ਰੀਆ ਨੂੰ ਨਾ ਬੁਲਾਈ। ਪਵਨ ਕਿਹੜਾ ਹੁਣ ਬੱਚਾ ਰਹਿ ਗਿਆ, ਉਹ ਤਾਂ ਸਿਆਣਾ ਹੋ ਗਿਆ, ਉਹਨੂੰ ਵੀ ਤਾਂ ਪਤਾ ਹੈ ਕੀ ਗਲਤ ਆ ਅਤੇ ਕੀ ਸਹੀ। ਨਹੀਂ ਜੀ, ਉਹਨੇ ਨਾ ਸਾਰਾ ਦਿਨ ਪ੍ਰੀਤ ਕੋਲ ਰਹਿਣਾ ਹੁੰਦਾ, ਪ੍ਰੀਤ ਕਦੇ ਉਹਨੂੰ ਰੋਟੀ ਨਹੀਂ ਦਿੰਦੀ ਅਤੇ ਕਦੇ ਉਹਦੇ ਥੱਪੜ ਸੁੱਟਦੀ ਰਹਿੰਦੀ ਹੈ, ਫਿਰ ਨਿਆਣਾ ਦਿਲ 'ਤੇ ਲਾ ਜਾਂਦਾ ਉਹ ਵੀ। ਚੱਲ ਫਿਰ ਠੀਕ ਆ ਰਹੀਆ, ਉੱਠ ਆਪਾਂ ਚੱਲੀਏ ਘਰਾਂ ਨੂੰ।
ਮੈਂ ਨਾ ਮੰਮੀ ਨੂੰ ਫੋਨ ਕਰਦੀ ਹਾਂ, ਦੱਸਦੀ ਹਾਂ ਕਿ ਮੰਮੀ ਪਰਸੋਂ ਪ੍ਰੀਤ ਨੂੰ ਦੇਖਣ ਵਾਲੇ ਆ ਰਹੇ ਹੈ ਤੇ ਤੁਸੀਂ ਕੱਲ ਹੀ ਆ ਜਾਓ, ਕਿਉਂਕਿ ਵੱਡਾ ਬੰਦਾ ਵਿੱਚ ਨਾ ਬੈਠਾ ਸੋਹਣਾ ਲੱਗਦਾ। ਠੀਕ ਆ ਮੰਮੀ ਜੀ, ਅਸੀਂ ਨਾ ਚੱਲਦੇ ਹਾਂ। ਨਾ ਪੁੱਤ, ਤੁਸੀਂ ਕਿੱਥੇ ਚੱਲੇ ਹੋ, ਤੁਸੀਂ ਰਵੋ, ਤੁਹਾਨੂੰ ਪਤਾ ਹੀ ਹੈ ਨਾ ਕਿ ਪ੍ਰੀਤ ਨੂੰ ਪਰਸੋਂ ਦੇਖਣ ਆਣਾ। ਮੰਮੀ ਤੁਹਾਨੂੰ ਪਤਾ ਤਾਂ ਕੰਮ ਤੋਂ ਇੰਨੀਆਂ ਛੁੱਟੀਆਂ ਕਿੱਥੋਂ ਮਿਲਦੀਆਂ ਨੇ, ਹੁਣ ਤਾਂ ਇਹ ਵੀ ਨਵਾਂ ਨਵਾਂ ਕੰਮ ਤੇ ਲੱਗੀ ਹੈ। ਪੁੱਤ ਜਿੱਦਾਂ ਤੁਹਾਡੀ ਮਰਜ਼ੀ ਆ ਉੱਦਾਂ ਕਰ ਲਓ। ਰੀਆ ਤੂੰ ਹੁਣ ਆਪਣਾ ਅਤੇ ਆਪਣੇ ਬੱਚੇ ਦਾ ਖਿਆਲ ਰੱਖੀ, ਹੁਣ ਮੈਨੂੰ ਜਲਦੀ ਜਲਦੀ ਨਾਨੀ ਮੰਮਾ ਬਣਾ ਦੇ ਅਤੇ ਨਾਲੇ ਚੱਕਰ ਚੁੱਕਰ ਮਾਰਦੇ ਰਿਹਾ ਕਰੀਓ। ਚੱਲਦੀ ਆ ਫਟਾਫਟ ਆਪਾਂ ਚੇਂਜ ਕਰੀਏ ਅਤੇ ਚੱਲੀਏ ਘਰ ਨੂੰ। ਅੱਛਾ ਚਲੋ ਠੀਕ ਹੈ, ਤੁਸੀਂ ਬਾਹਰ ਟੈਨਸ਼ਨ ਨਾ ਲਵੋ, ਮੰਮੀ ਕੋਲ ਹੀ ਬੈਠੇ ਨੇ, ਮੈਂ ਕਰਦੀ ਹਾਂ ਮੰਮੀ ਨਾਲ ਗੱਲ ਕਿ ਆਪਣੇ ਮੁੰਡੇ ਨੂੰ ਸਮਝਾਓ। ਕੀ ਹੋਇਆ ਜਸਮੀਨ, ਫੋਨ ਤੋਂ ਬਾਹਰ ਤੱਕ ਆਵਾਜ਼ਾਂ ਆਉਂਦੀਆਂ ਸੀ, ਪ੍ਰਾਹੁਣਾ ਦੁਖੀ ਕਿਉਂ ਹੈ? ਮੰਮੀ ਆਪਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਅੱਜੂ ਸਾਡੇ ਹੱਥੋਂ ਇੰਨਾ ਨਿਕਲ ਜਾਏਗਾ, ਜੜਾ ਇਹਨੇ ਕਰਜ਼ਾ ਚੱਕਿਆ ਨਾ ਅਤੇ ਬਾਹਰ ਰੈਫਰੈਂਸ 'ਤੇ ਇਹਨਾਂ ਦਾ ਨੰਬਰ ਦਿੱਤਾ ਹੋਇਆ ਵੈ, ਹੁਣ ਕਰਜ਼ੇ ਵਾਲੇ ਇਹਨਾਂ ਨੂੰ ਬਾਹਰ ਫੋਨ ਕਰਦੇ ਪਏ ਨੇ। ਅੱਛਾ ਤਾਂ ਹੀ ਪ੍ਰਾਹੁਣਾ ਕਲਪਦਾ ਪਿਆ ਸੀ। ਮੰਮੀ ਮੈਂ ਤੁਹਾਡੇ ਸਾਹਮਣੇ ਰੀਆ ਨੂੰ ਮਨਾ ਵੀ ਕੀਤਾ ਸੀਗਾ ਕਿ ਤੂੰ ਪੇਕੇ ਨਹੀਂ ਜਾਣਾ, ਉਸੇ ਟਾਈਮ ਅੱਧੇ ਘੰਟੇ ਬਾਅਦ ਹੀ ਪੇਕੇ ਚਲੇ ਗਏ ਨੇ ਅਤੇ ਇੱਕ ਫੋਨ ਕਰਕੇ ਵੀ ਨਹੀਂ ਦੱਸਿਆ ਕਦੋਂ ਆਉਣਾ ਅਤੇ ਕਦੋਂ ਨਹੀਂ। ਤੇਰੇ ਸਾਹਮਣੇ ਵੀ ਤਾਂ ਮੈਂ ਦੋ ਵਾਰ ਫੋਨ ਕੀਤਾ, ਮੇਰਾ ਫੋਨ ਕੱਟੀ ਜਾਂਦਾ, ਹੁਣ ਜਨਾਨੇ ਮਗਰ ਤਾਂ ਲੱਗਿਆ ਸੀਗਾ, ਸਹੁਰਿਆਂ ਮਗਰ ਵੀ ਲੱਗ ਗਿਆ। ਮੰਮੀ ਸਾਲੀ ਦਾ ਰਿਸ਼ਤਾ ਦੇਖਣ ਗਿਆ ਨਾ ਨਵਾਬ ਬਣ ਕੇ, ਤੁਸੀਂ ਫੋਨ ਕਰਕੇ ਲਾਣੀ ਸੀ ਕਲਾਸ, ਸ਼ਰਮ ਦੇ ਮਾਰੇ ਉਹਨੇ ਫੋਨ ਚੱਕਿਆ ਨਹੀਂ। ਮੈਨੂੰ ਤਾਂ ਨਾ ਹੁਣ ਇਹ ਵੀ ਸ਼ੱਕ ਹੋਣ ਲੱਗਿਆ, ਜਿਹੜਾ ਥੋੜ੍ਹਾ ਬਹੁਤ ਕਮਾਉਂਦਾ ਨਾ ਉਹ ਸਹੁਰਿਆਂ ਵੱਲ ਹੀ ਵਾਲੀ ਜਾਂਦਾ। ਮੰਮੀ ਮਾੜਾ ਮੋਟਾ ਤੇ ਖਰਚਾ ਕਰੇਗਾ ਹੀ ਨਾ ਸਹੁਰਿਆਂ ਤੇ, ਐ ਵੀ ਮੈਨੂੰ ਲੱਗਦਾ ਕੁਝ ਭਾਲਦਾ ਵੈ, ਇਹ ਸੋਚਦਾ ਹੋਣਾ ਵੈ ਕਿ ਦੁਕਾਨਾਂ ਵੇਚ ਕੇ ਮੇਰਾ ਕਰਜ਼ਾ ਹੀ ਲਾ ਦੇਣ ਸਹੁਰੇ। ਜਿੱਦਾਂ ਆਪ ਫਸੇ ਆ ਨਾ ਉਦਾਂ ਸਹੁਰਿਆਂ ਨੂੰ ਹੀ ਫਸਾਊਗਾ, ਰਹਿੰਦੀਆਂ ਖੁੰਦੀਆਂ ਆਉਣਦੀਆਂ ਦੁਕਾਨਾਂ ਵੀ ਵਿਕਵਾ ਦੇਣੀਆਂ ਨੇ। ਕੋਈ ਨਾ ਮੰਮੀ, ਮਾਰਨ ਦੋ ਇਹਨੂੰ ਫੁਕਰੀਆਂ, ਉੱਥੇ ਆਪੇ ਹੀ ਭਰੇਗਾ ਫਿਰ। ਗੁੱਸੇ ਵਿੱਚ ਨਾ ਮੈਂ ਇਹਨੂੰ ਜਿੰਨਾ ਮਰਜ਼ੀ ਕਹਿ ਲਵਾਂ, ਫਿਰ ਕਾਲਜਾ ਵੀ ਤਾਂ ਮੇਰਾ ਹੀ ਫੁਕਦਾ, ਕਿਉਂਕਿ ਪੁੱਤਰ ਤਾਂ ਮੇਰਾ ਹੀ ਹੈ। ਮੰਮੀ ਇੱਕ ਆਦਮੀ ਨੂੰ ਜਦੋਂ ਆਪਣੀ ਜਨਾਨੀ ਬਾਰੇ ਕੁਝ ਗਲਤ ਪਤਾ ਲੱਗਦਾ ਨਾ ਦਬਕ ਕੇ ਉਹਨੂੰ ਪੁੱਛਦਾ ਵੈ, ਇਹ ਤਾਂ ਮੈਨੂੰ ਕੁਝ ਪਤਾ ਹੀ ਨਹੀਂ ਚੱਲਦਾ ਪਿਆ, ਫਿਰ ਦੋਨੋਂ ਮੀਆਂ ਬੀਬੀ ਉਦਾਂ ਹੀ ਨੇ। ਮੈਂ ਤਾਂ ਨਾ ਇਹਨੂੰ ਵਿਆਹ ਕੇ ਗਲਤੀ ਉਹ ਕਰ ਲਈ, ਅੱਗੇ ਮਾੜਾ ਮੋਟਾ ਮੇਰਾ ਹਾਲ ਚਾਲ ਪੁੱਛਦਾ ਸੀ, ਮੈਂ ਤਾਂ ਹੁਣ ਉਹ ਤੋਂ ਵੀ ਗਈ। ਮੰਮੀ ਮੈਨੂੰ ਪਤਾ ਵੈ ਅੱਜੂ ਨੇ ਹੁਣ ਸਾਡੀ ਇੱਕ ਨਹੀਂ ਸੁਣਨੀ, ਰਸਤਾ ਤੇ ਆਪਣੇ ਕੋਲ ਇੱਕ ਹੀ ਹੈ, ਕਿਉਂ ਨਾ ਆਪਾਂ ਰੀਆ ਦੀ ਮੰਮੀ ਨਾਲ ਗੱਲ ਕਰਨ ਚੱਲੀਏ। ਦਿਲ ਤਾਂ ਮੇਰਾ ਵੀ ਕਰਦਾ ਕਿ ਮੈਂ ਰੀਆ ਦੀ ਮਾਂ ਨੂੰ ਪੁੱਛ ਕੇ ਆਵਾਂ, ਜੇ ਮੈਂ ਤੇਰਾ ਮੁੰਡਾ ਤੇਰੇ ਤੋਂ ਦੂਰ ਕਰਾਂ ਫਿਰ ਤੈਨੂੰ ਕਿੱਦਾਂ ਦਾ ਲੱਗੂਗਾ? ਮੰਮੀ ਮੈਨੂੰ ਤਾਂ ਰੀਆ ਦੀ ਮੰਮੀ ਵੀ ਨਾ ਥੋਥੀ ਵੀ ਲੱਗਦੀ ਹੈ, ਜੇ ਇਹਨੇ ਆਪਣੀ ਧੀ ਦਾ ਰਿਸ਼ਤਾ ਕਰਨਾ ਸੀ ਜਵਾਈ ਨੂੰ ਸੱਦ ਲਿਆ ਤੇ ਕੀ ਗੱਲ ਕੁੜਮਾਂ ਨੂੰ ਪਿੱਛੇ ਛੱਡਤਾ। ਅੱਜੂ ਤੇ ਰੀਆ ਨੇ ਸਾਡੇ ਖਿਲਾਫ ਉੱਥੇ ਲੁੱਤਰੀਆਂ ਲਾਈਆਂ ਹੋਣੀਆਂ ਤੇ ਉਹਦੀ ਮਾਂ ਨੂੰ ਇਹ ਡਰ ਹੋਣਾ ਜੇ ਮੈਂ ਉਹਨਾਂ ਨੂੰ ਬੁਲਾ ਲਿਆ ਕਿਤੇ ਉਹ ਰਿਸ਼ਤਾ ਨਾ ਤੋੜ ਦੇਣ। ਮੰਮੀ ਜੇ ਰੀਆ ਦੀ ਮਾਂ ਕੋਲ ਲੁੱਤਰੀਆਂ ਗਈਆਂ ਵੇ, ਮੈਨੂੰ ਤੇ ਇਦਾਂ ਲੱਗਦਾ ਪਿਆ ਰੀਆ ਦੀ ਨਾਨੀ ਕੋਲ ਤੇ ਲੁੱਤਰੀਆਂ ਨਹੀਂ ਪਹੁੰਚੀਆਂ ਹੋਣਗੀਆਂ, ਕਿਉਂ ਨਾ ਆਪਾਂ ਰੀਆ ਦੀ ਨਾਨੀ ਕੋਲ ਜਾ ਕੇ ਆਈਏ। ਨਾ ਪੁੱਤ, ਇੱਧਰ ਉੱਧਰ ਜਾ ਕੇ ਨਾ ਗੱਲਾਂ ਕਰਨ ਦਾ ਮੇਰੇ ਕੋਲ ਟਾਈਮ ਨਹੀਂ ਹੈਗਾ, ਹੁਣ ਉਹ ਟਾਈਮ ਆ ਗਿਆ ਕਿ ਆਪਾਂ ਕੁਝ ਪ੍ਰੈਕਟੀਕਲੀ ਕਰਕੇ ਦਿਖਾਈਏ। ਮੰਮੀ ਪ੍ਰੈਕਟੀਕਲ ਮੈਂ ਕੁਝ ਸਮਝੀ ਨਹੀਂ। ਹਥੌੜੀ ਪਤਾ ਤੈਨੂੰ ਹਥੌੜੀ ਕਿੱਥੇ ਪਈ ਆ? ਹਾਂਜੀ ਮੰਮੀ ਸਟੋਰ 'ਚ ਪਈ ਹੋਈ ਹੈ। ਜਾ ਫਿਰ ਸਟੋਰ 'ਚੋਂ ਕੱਢ ਕੇ ਲਿਆ, ਤੈਨੂੰ ਨਾ ਅੱਜ ਫਿਰ ਮੈਂ ਕੁਝ ਪ੍ਰੈਕਟੀਕਲੀ ਕਰਕੇ ਦਿਖਾਨੀ ਆ। ਮੰਮੀ ਐਵੇਂ ਨਾ ਹੁਣ ਤੁਸੀਂ ਮੇਰੇ ਨਾਲ ਬੁਝਾਰਤਾ ਨਾ ਪਾਓ, ਮੈਨੂੰ ਸਾਫ ਸਾਫ ਦੱਸੋ ਕਿਹਦਾ ਸਿਰ ਖੋਲਣ ਲੱਗੇ ਹੋ, ਤੁਸੀਂ ਕਿਤੇ ਇਹ ਤਾਂ ਨਹੀਂ ਸੋਚੀ ਬੈਠੇ ਕਿ ਰੀਆ ਤੇ ਅੱਜੂ ਨੇ ਹੋਣਿਆ ਨਾ ਮੈਂ ਉਹਨਾਂ 'ਚੋਂ ਇੱਕ ਅੱਧੇ ਦਾ ਸਿਰ ਹੀ ਖੋਲਦਾ? ਉਹ ਨਾ ਨਾ, ਇਹ ਨਾ ਮੈਨੂੰ ਖੂਨ ਖਰਾਬਿਆਂ ਤੋਂ ਨਾ ਡਰ ਹੀ ਲੱਗਦਾ, ਉਹ ਮੈਂ ਤਾਂ ਨਾ ਕੁਝ ਹੋਰ ਕਰਨਾ ਚਾਹੁੰਦੀ ਹਾਂ। ਮੰਮੀ ਮੈਨੂੰ ਖੋਲ੍ਹ ਕੇ ਦੱਸੋ, ਬੁਝਾਰਤਾ ਜੀ ਹੈ ਨਾ ਪਾਈ ਜੋ, ਜਦੋਂ ਤੁਸੀਂ ਇੱਦਾਂ ਗੱਲ ਕਰਦੇ ਹੋ ਨਾ ਮੈਨੂੰ ਤਾਂ ਆਪ ਨੂੰ ਡਰ ਲੱਗਣ ਲੱਗ ਪੈਂਦਾ। ਦੇਖ ਪੁੱਤ, ਮੈਂ ਤਾਂ ਨਾ ਸਾਰੇ ਹੱਥ ਕੰਡੇ ਅਪਣਾ ਕੇ ਦੇਖ ਲਏ ਆ, ਮੁੰਡਾ ਕਰਜ਼ਾ ਮੰਗਣ ਆਇਆ ਤਾਂ ਉਹਨੂੰ ਮੈਂ ਅੱਜੂ ਦੇ ਸਹੁਰੇ ਤੋਰਤਾ, ਤੇ ਰੀਆ ਦੀ ਇੰਨੀ ਬੇਇੱਜ਼ਤੀ ਕਰ ਲਈ, ਰੀਆ ਨੂੰ ਫਿਰ ਵੀ ਨਹੀਂ ਅਕਲ ਆਈ। ਹੁਣ ਮੈਂ ਚਾਹੁੰਦੀ ਹਾਂ ਨਾ ਇਹਨਾਂ ਮੀਆਂ ਬੀਬੀ ਨੂੰ ਨਾ ਇਹੋ ਜਿਹਾ ਮੈਂ ਝਟਕਾ ਦੇਵਾਂ ਕਿ ਉਹ ਨਾ ਹੱਥ ਲਾ ਲਾ ਕੇ ਦੇਖਣਗੇ।
ਹੁਣ ਨਾ ਅੱਖਾਂ ਜੀਆਂ ਵੱਡੀਆਂ ਨਾ ਕਰ, ਚੁੱਪ ਕਰਕੇ ਥੋੜਾ ਲਿਆ, ਮੈਂ ਕਿਸੇ ਦਾ ਨਾ ਸਿਰ ਨਹੀਂ ਖੋਲਣਾ, ਮੈਂ ਕੁਛ ਤੋੜਨਾ ਹੈ। ਮੰਮੀ ਤੁਹਾਡੀਆਂ ਤੇ ਨਾ ਤੁਸੀਂ ਵੀ ਜਾਣੋ, ਪਰ ਮੈਨੂੰ ਨਾ ਕਿਤੇ ਕਿਤੇ ਸਮਝ ਆ ਗਈ ਹੈ ਤੁਸੀਂ ਕੀ ਤੋੜਨਾ ਚਾਹੁੰਦੇ ਹੋ। ਬਸ ਫਿਰ ਸਮਝਦਾਰ ਨੂੰ ਇਸ਼ਾਰਾ ਕਾਫੀ, ਥੋੜੀ ਲਿਆ, ਮੈਂ ਨਾ ਬਾਹਰ ਖੜੀ ਆ। ਮੰਮੀ ਆ ਜਾਓ ਹੁਣ, ਆਪਾਂ ਮਾਰਕੀਟ ਜਾਣਾ ਹੈ, ਹਨੇਰਾ ਹੋ ਜਾਏਗਾ ਫਿਰ। ਤਿਆਰ ਤਾਂ ਤੂੰ ਮੈਨੂੰ ਕਰਤਾ, ਪਰ ਉਧਰੋਂ ਕੋਈ ਹਾਂ ਨਾ ਦਾ ਜਵਾਬ ਆਊਗਾ ਤੇ ਤਾਂ ਹੀ ਜਾਵਾਂਗੇ ਮਾਰਕੀਟ। ਮੰਮੀ ਕੁੜੀ ਦੀ ਮਾਂ ਇੱਥੇ ਕਹਿ ਕੇ ਤਾਂ ਗਈ ਹੈ ਕਿ ਸਾਡੇ ਵੱਲੋਂ ਹਾਂ ਹੈ, ਤੁਸੀਂ ਤਿਆਰੀਆਂ ਕਰੋ। ਜਾ ਕੇ ਆਪਣੇ ਰਿਸ਼ਤੇਦਾਰਾਂ ਨਾਲ ਨਾ ਅਗਲੇ ਨੇ ਗੱਲ ਗੁੱਲ ਕਰਨੀ ਹੈ ਤੇ ਕੋਈ ਭਾਨੀ ਮਾਰ ਦਿੰਦਾ। ਮੰਮੀ ਜੇ ਕਿਸੇ ਨੇ ਭਾਨੀ ਮਾਰਨੀ ਹੁੰਦੀ ਨਾ ਤਾਂ ਮੈਨੂੰ ਵਿਚੋਲਣ ਦਾ ਫੋਨ ਨਹੀਂ ਆਣਾ ਸੀ ਹੁਣ। ਅੱਛਾ ਹੁਣ ਉਹਨੇ ਤੈਨੂੰ ਕੀ ਕਿਹਾ ਫੋਨ ਤੇ ਦੱਸ ਜਰਾ ਮੈਨੂੰ। ਮੈਨੂੰ ਵਿਚੋਲਣ ਦਾ ਫੋਨ ਆਇਆ ਤੇ ਇਹ ਕਹਿ ਰਹੀ ਸੀ ਕਿ ਰਸਤੇ 'ਚ ਮੇਰੀ ਕੁੜੀ ਦੀ ਮਾਂ ਨਾਲ ਹੀ ਗੱਲ ਹੋ ਰਹੀ ਸੀ ਵੀ ਮੇਰੇ ਵੱਲੋਂ ਹੁਣ ਰਿਸ਼ਤਾ ਪੱਕਾ ਹੈ, ਭਾਵੇਂ ਚਾਹੇ ਕੋਈ ਮਰਜ਼ੀ ਕੁਛ ਕਹੀ ਜਾਵੇ। ਇੱਥੇ ਤਾਂ ਫਿਰ ਕੋਈ ਗੱਲ ਹੋਈ ਨਹੀਂ ਤੇ ਤੂੰ ਫੋਨ ਦੇ ਉੱਤੇ ਦਾਜ ਦੂਜ ਦੀ ਜਾਂ ਕੋਈ ਲੈਣ ਦੇਣ ਦੀ ਗੱਲ ਕੀਤੀ ਸੀਗੀ? ਹਾਂਜੀ ਮੰਮੀ, ਫੋਨ ਤੇ ਮੈਂ ਉਹਦੇ ਨਾਲ ਗੱਲ ਕਰ ਲਈ ਸੀਗੀ। ਉਹ ਕਹਿੰਦੀ ਮੈਂ ਕੁੜੀ ਵਾਲਿਆਂ ਨਾਲ ਗੱਲ ਕਰ ਲਈ ਹੈ ਵੀ ਜੇ ਮੇਰੇ ਕੋਲ ਕੈਸ਼ ਨਾ ਹੋਇਆ ਤਾਂ ਸੋਨਾ ਗੱਟਾ ਤਾਂ ਪਾਣਗੇ ਹੀ। ਮੰਮੀ ਇੱਕ ਛਾਪ ਤੁਹਾਡੀ ਹੋ ਗਈ ਤੇ ਇੱਕ ਮੇਰੀ ਹੋ ਗਈ ਤੇ ਇੱਕ ਰਾਜ ਦੀ ਤਾਂ ਪੱਕੀ ਹੈ। ਮੈਂ ਤੇ ਕਹਿੰਦੀ ਹਾਂ ਦੇਣ ਲੈਣ ਵੀ ਨਾ ਕਰਨ, ਬਸ ਵਿਆਹ ਕਰ ਦੇਣ, ਐਡੀ ਉਮਰ ਹੋ ਗਈ ਹੈ ਮੇਰੇ ਮੁੰਡੇ ਦੀ। ਕਿੱਥੇ ਮੰਮੀ ਐਡੀ ਉਮਰ ਹੋ ਗਈ ਹੈ, ਹਲੇ 26 ਸਾਲਾਂ ਦਾ ਤਾਂ ਉਹ ਹੈਗਾ, ਲੋਕਾਂ ਦੇ ਮੁੰਡੇ 30-30 35-35 ਸਾਲਾਂ ਤੱਕ ਬੈਠੇ ਰਹਿੰਦੇ ਆ। ਚੱਲ ਟੋਰ ਫਿਰ ਮਾਰਕੀਟ ਨੂੰ, ਕੁੜੀ ਵਾਸਤੇ ਵੀ ਤਾਂ ਆਪਾਂ ਨੂੰ 2-4 ਸੂਟ ਖਰੀਦਣੇ ਹੀ ਪੈਣੇ ਆ। ਸੂਟ ਸਾਟ ਮੰਮੀ ਹਲੇ ਰਹਿਣ ਦੋ, ਹਲੇ ਆਪਾਂ ਹਲਵਾਈ ਕੋਲ ਚੱਲਦੇ ਆ ਤੇ ਡੱਬੇ ਕਹਿ ਆਨੇ ਆ, ਪਹਿਲੇ ਰੋਕਾ ਕਰਦੇ ਆ ਫੇਰ ਹੀ ਬਾਅਦ ਵਿੱਚ ਕੁਛ ਕਰਾਂਗੇ। ਚੱਲ ਆ ਫਿਰ। ਮੇਰੀ ਗੱਲ ਸੁਣ ਲੈ, ਚੁੱਪ ਕਰਕੇ ਸਿੱਧਾ ਆਪਣੇ ਕਮਰੇ 'ਚ ਜਾਈ, ਮੰਮੀ ਤੇ ਦੀਦੀ ਜੋ ਵੀ ਬੋਲਣਗੇ ਕਿਸੇ ਦੀ ਗੱਲ ਨੂੰ ਨਾ ਸੁਣੀ, ਮੈਂ ਆਪੇ ਗੱਲ ਕਰ ਲਵਾਂਗਾ।